ਤੁਸੀਂ ਵਿਜ਼ਿਟ ਬਾਰੇ ਦੱਸ ਦਿਓ ਸਰ ਅੱਗੇ ਕਰਨੀ ਅੱਗੇ ਅੱਜ ਦਾ ਵਿਜ਼ਿਟ ਅਸੀਂ ਫਾਈਨਲੀ ਦੇਖਣ ਆਏ ਹਾਂ ਹਲੇ ਕਰ ਯਾਰ ਤੇ ਕੀ ਪ੍ਰਬੰਧ ਵਗੈਰਾ ਤਿਆਰ ਨੇ ਦਿਨ ਬੜੇ ਥੋੜ੍ਹੇ ਰਹਿ ਗਏ ਔਰ ਜੋ ਸਾਨੂੰ ਦੱਸਿਆ ਗਿਆ ਕਿ ਔਨ ਸ਼ਡਿਊਲ ਹੈ ਸਭ ਕੁਝ ਦੇਖਦੇ ਹਾਂ ਕਿ ਹੁਣ ਇਹ ਅਗਲੇ 9 ਦਿਨਾਂ ਦੇ ਵਿੱਚ ਇਹ ਪੂਰਾ ਹੋ ਜਾਂਦਾ ਹੈ ਸੋ ਆਈ ਵੀ ਹੈ ਜਿਸ ਤਰੀਕੇ ਨਾਲ ਦੱਸਿਆ ਗਿਆ ਉਹ ਕੌਨਫੀਡੈਂਟ ਨੇ ਕਿ ਗੱਲ ਮੁੱਕ ਜਾਣੀ ਹੈ ਸਭ ਕੁਝ ਤਿਆਰ ਹੋ ਜਾਣਾ ਸਰ ਪੀ ਐੱਮ ਸਾਹਿਬ ਦੀ ਸਟੇਜ ਅਲੱਗ ਲੱਗ ਰਹੀ ਪੰਜਾਬ ਸਰਕਾਰ ਵੱਲੋਂ ਅਲੱਗ ਲਗਾਈ ਜਾ ਰਹੀ ਹੈ ਜੀ ਓਕੇ ਕੀ ਹੋ ਗਿਆ ਸਟੇਜਾਂ ਦੋ ਲੱਗ ਰਹੀ ਹੈ ਜੀ ਪੰਜਾਬ ਸਰਕਾਰ ਦੀ ਨਹੀਂ ਨਹੀਂ ਅਸੀਂ ਸਰਕਾਰ ਇੱਕ ਸਟੇਜ ਬਣਾਈ ਸੀ ਜੋ ਸਾਡੀ ਗਵਰਨਮੈਂਟ ਦੇਖੋ ਸਾਡੇ ਪੰਜਾਬ ਗਵਰਨਮੈਂਟ ਨੇ ਇਸ 'ਤੇ ਤਕਰੀਬਨ 560 ਕਰੋੜ ਰੁਪਈਆ ਲਗਾ ਦਿੱਤਾ ਪੂਰਾ ਉਰੇ ਔਰ ਸੁਲਤਾਨਪੁਰ ਲੋਧੀ ਸਾਹਿਬ 'ਤੇ ਕਿਉਂਕਿ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਹੈ ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਸਰਕਾਰ 'ਚ ਹੈ ਕਿ ਔਰ ਇਹਦੇ ਵਿੱਚ ਅਸੀਂ ਸਾਂਝਾ ਸਟੇਜ ਲਗਾਉਣਾ ਚਾਹੁੰਦੇ ਸੀ ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਸਿਕਿਉਰਿਟੀ ਲਿਹਾਜ਼ ਨਾਲ ਉਸ ਨੂੰ ਥੋੜ੍ਹੀ ਦੂਰ ਰੱਖਿਆ ਔਰ ਉਹ ਸਾਡੇ ਵਾਸਤੇ ਠੀਕ ਹੈ ਆਈ ਐਮ ਨੋਟ ਹੇਅਰ ਟੂ ਆਨਸਰ ਮਿਸਟਰ ਪ੍ਰਕਾਸ਼ ਪ੍ਰਤਾਪ ਸਿੰਘ ਬਾਜਵਾ ਹਾਂਜੀ ਕੀ ਜੀ ਇਹ ਬਿਲਕੁਲ ਗਲਤ ਬਾਤ ਹੈ ਦੇਖੋ ਇਸ ਇਹੋ ਜਿਹਾ ਦਿਨ ਹੈ ਜੋ ਸਾਰਿਆਂ ਨੂੰ ਸਿੱਖਾਂ ਵਾਸਤੇ ਇਹ ਬਹੁਤ ਅਹਿਮ ਦਿਨ ਹੈ ਜੋ ਵੀ ਗੁਰੂ ਨਾਨਕ ਨਾਮ ਦੇਵਾ ਨੇ ਉਹਨਾਂ ਵਾਸਤੇ ਅਹਿਮ ਦਿਨ ਹੈ ਔਰ ਅਗਰ ਉਸ ਅਹਿਮ ਦਿਨ 'ਤੇ ਅਸੀਂ 31 ਬੰਦਿਆਂ ਦੀ ਇੱਕ ਡੈਲੀਗੇਸ਼ਨ ਮੰਗੀ ਸੀ ਆਪਣੀ ਗਵਰਨਮੈਂਟ ਦੀ ਜੋ ਸੁਖਜਿੰਦਰ ਜੀ ਨੇ ਲੈ ਕੇ ਜਾਣਾ ਸੀ ਉੱਥੇ ਪਾਠ ਰਖਾਉਣਾ ਸੀ ਔਰ ਫਿਰ ਵਾਹਗਾ ਜਦ ਮੁੜਦੇ ਉੱਥੇ ਮੈਂ ਉਹਨਾਂ ਨੂੰ ਉੱਥੇ ਰਿਸੀਵ ਕਰਨਾ ਸੀ ਅਤੇ ਇਹ ਜਿਹੜਾ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ ਇਹ ਮੈਂ ਸਮਝਦਾ ਬੜਾ ਛੋਟਾਪਨ ਦਿਖਾਇਆ ਪਾਕਿਸਤਾਨ ਨੇ ਐਂਡ ਦੇ ਹੈਵ ਨੋ ਬਿਜ਼ਨਸ ਅਗਰ ਇੱਕ ਪਾਸੇ ਤੁਸੀਂ ਇਸ ਗੱਲ ਨੂੰ ਕਹਿ ਰਹੇ ਹੋ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾ ਰਹੇ ਹਾਂ ਅਸੀਂ ਹੁਣ ਕਰਤਾਰਪੁਰ ਦਾ ਲਾਂਘਾ ਖੋਲ੍ਹਤਾ ਤਾਂ ਅਗਰ ਸਾਡੇ 3-31 ਬੰਦੇ ਚਲੇ ਜਾਂਦੇ ਔਰ ਉੱਥੇ ਕੋਈ ਅਖੰਡ ਪਾਠ ਰੱਖ ਲੈਂਦੇ ਉਹ ਵੱਡੀ ਗੱਲ ਸੀ ਅਤੇ ਮੈਂ ਕਹਿੰਦਾ ਬੜਾ ਛੋਟਾਪਨ ਦਿਖਾਇਆ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸੱਦਾ ਦਿੱਤਾ ਪਾਕਿਸਤਾਨ ਨੇ ਕੀ ਕਹਿਣਾ ਚਾਹੁੰਦਾ ਮੈਂ ਨਹੀਂ ਉਹਨਾਂ ਨੂੰ ਪੁੱਛੋ ਮੈਨੂੰ ਨਾ ਹਾਂਜੀ ਕੰਮ ਕਾਫੀ ਅਨਕੰਪਲੀਟ ਹੈ ਮੈਂ ਤੁਹਾਨੂੰ ਇਹ ਦੱਸਿਆ ਕਿ ਜਿਹਨੂੰ ਹੁਣੇ ਮੈਨੂੰ ਜੋ ਬਰੀਫਿੰਗ ਦਿੱਤੀ ਹੈ ਉਹ ਕਹਿੰਦੇ ਨੇ ਕਿ ਜਿਸ ਦਿਨ 9 ਤਰੀਕ ਤਾਂ ਹੀ ਇਹ ਕੰਪਲੀਟ ਹੋ ਜਾਣਾ